ਜੀ, ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ? ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਆਪਣੇ ਯੂਟਿਊਬ ਚੈਨਲ ਜਿਮੀਦਾਰ ਵਲੌਗਸ 'ਤੇ। ਅਤੇ ਅੱਜ ਸਕੂਲੋਂ ਵੀ ਛੁੱਟੀ, ਅਤੇ ਅੱਜ ਦੂਜੇ ਕੰਮ ਤੋਂ ਵੀ ਛੁੱਟੀ, ਅਤੇ ਅੱਜ ਬੀਬੀਆਂ ਨੇ ਡੰਗਤਾ ਮੈਨੂੰ ਹੋਰ ਕੰਮ 'ਤੇ। ਕਹਿੰਦੇ ਪਿੰਨੀਆਂ ਬਣਾਉਣੀਆਂ ਜੀ, ਖੋਆ ਮਾਰੋ। ਠੀਕ ਹੈ ਜੀ, ਮਾਰ ਲੈਂਦੇ ਹਾਂ। ਲਓ ਜੀ, ਮਾਤਾ ਜੀ ਨੇ ਪਾਤਾ ਦੁੱਧ ਕੜਾਹੀ ਦੇ ਵਿੱਚ, ਅਤੇ ਹੁਣ ਆਪਾਂ ਕਰ ਦਿੱਤਾ ਆ ਜੀ ਸਟਾਰਟ ਖੋਆ ਮਾਰਨਾ। ਅਤੇ ਅੱਜ ਖੋਏ ਦੀ ਡਿਊਟੀ ਮੇਰੀ ਆ, ਮੈਂ ਇਕੱਲੇ ਨੇ ਖੋਆ ਮਾਰਨਾ ਸਾਰੀ ਗਲੀ। ਦੇਖੋ ਕੀ ਬਣਦਾ ਹੁਣ। ਦੋ ਘੰਟੇ ਹੋ ਗਿਆ ਧੁੱਪ, ਤਿੰਨ ਕਰਦੇ ਨੂੰ ਧੱਕ ਲੈ ਗਿਆ ਉਦਾਂ। ਆਟਾ ਅਸੀਂ ਭੁੰਨ ਲਿਆ ਸੀਗਾ ਪਹਿਲਾਂ ਹੀ, ਅਤੇ ਰੱਖ ਲਿਆ ਸਾਈਡ ਦੇ। ਅਤੇ ਖੰਡ ਆਪਾਂ ਚੰਗੀ ਤਰ੍ਹਾਂ ਕਰ ਲਈਏ ਹੁਣ ਮਿਕਸ, ਅਤੇ ਹੁਣ ਇਹਦੇ ਵਿੱਚ ਪਾਵਾਂਗੇ ਆਟਾ। ਉਹ ਗਰਮ 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 ਆਟਾ ਹੋਏ ਪੈ ਗਿਆ, ਪੈ ਗਿਆ, ਪੈ ਜਾ, ਪੈ ਜਾ, ਪੈ ਜਾ ਵਿੱਚ। ਸ਼ੇਰ ਬੱਗਾ ਆ ਗਿਆ ਜੀ, ਉਹ ਟੋਪੀ ਦੇ ਕਿੱਦਾਂ ਲਈ ਸਿਰ 'ਤੇ ਉਹਨੇ, ਉਹ ਬਾਲੂ ਕਿੱਦਾਂ ਮਾਰਾ। ਉਹ ਗਿਆ ਦਾਦੂ ਲੈਣ ਆ ਜਾ, ਆਦੇ ਹੋਏ ਆਦੇ। ਪਾਪੇ ਦੀ ਚੀਜ਼ੀ, ਪਾਪੇ ਨੇ ਜਪ ਦੀ ਚੀਜ਼ੀ ਬਣਾਈ ਹੋਵੇ, ਹੈ ਨਾ, ਜਪ ਦੀ ਚੀਜ਼ੀ ਬਣਾਈ ਪਾਪਾ ਨੇ। ਚੱਲ ਚੱਲ, ਕੁਛ ਨਹੀਂ ਹੁੰਦਾ, ਆ ਫੜ ਜੱਪੇ। ਨਾ ਪੁੱਤ ਦੇਖ ਲੈ ਯਾਰ, ਤੂੰ ਆ ਕੀ ਨਵਾਂ ਕੰਮ ਕਰੂ ਸ਼ੁਰੂ ਕਰਤਾ ਆਉਂਦੀ ਨਹੀਂ ਹੈ। ਓਏ ਲੱਡੂ, ਓਏ ਓਏ, ਆ ਕੀ ਬਣਿਆ ਉਹਨਾਂ, ਓਏ ਤੇਰੀ ਇੱਧਰ ਦੇ ਪੱਪਲ, ਆਹਦੇ ਕੈਮਰੇ 'ਚ ਕੀ ਓਏ, ਚਾ ਚਾ ਕਰਦੇ ਬੈਕ ਟੂ ਵਰਕ। ਆਹ ਕਰ ਲਈ ਆਪਾਂ ਤਲੇੜੀ ਲਗਭਗ ਸਾਰੀ, ਠੀਕ ਹੈ ਜੀ। ਹੁਣ ਇਹਨਾਂ ਦੇ ਬਣ ਗਏ ਗੋਲ ਪਿੰਨੀਆਂ। ਬੂਟ ਕਿਹਨੇ ਗੰਦੇ ਕੀਤੇ, ਕਿਹੜੇ ਬੱਚਿਆਂ ਨੇ, ਕਿਹੜੇ ਬੱਚਿਆਂ ਨੇ ਕੀਤੇ, ਥੱਲੇ ਵੀਡੀਓ ਬਣਾ ਕੇ ਦੀ।
ਤੇ ਪੁੱਤ ਇਹਨੇ ਕੱਪੜੇ ਕਿੱਦਾਂ ਗੰਦੇ ਕਰ ਲਏ ਤੂੰ? ਪਾਪਾ ਦੱਸ ਕੱਪੜੇ ਕਿੱਦਾਂ ਗੰਦੇ ਕੀਤੇ ਇਹਨੇ? ਭੁੰਡੀ ਗੰਦੇ ਕੀਤੇ ਮੇਰੇ ਪੁੱਤ ਦੇ, ਦੱਸ ਮਾੜਾ ਜਿਹਾ ਮੈਨੂੰ। ਹੈਂ ਬੱਚਿਆਂ ਨੇ ਬਹੁਤ ਕੰਮ ਗਰਮ ਹੈ ਭਾਈ, ਇਹ ਜਿੱਥੇ ਹੱਥ ਨੂੰ ਲੱਗੀ ਜਾਂਦੀ ਹੱਥ ਲਾਉਣ ਵਾਲੀ ਹੋਈ ਆ, ਪਰ ਫੇਰ ਵੀ ਆਪਾਂ ਵੀ ਤੇ ਕਰਨਾ ਹੀ ਆ। ਰੋਜਾ ਪਤਾ ਲੈ ਆਲੇ ਚੀਜ਼ੀ ਬਣਾ ਲਾ, ਆਲੇ ਚੀਜ਼ੀ ਦਾ ਚੱਲ ਖਾ ਲਾ, ਥੋੜਾ ਜਿਹਾ ਖਾ ਲਾ ਫੇਰ ਬਾਕੀ ਫੇਰ ਖਾ ਲਾ। ਓਏ ਕੁਝ ਨੀ ਦਰਮ ਹੈ ਚੱਕ ਲਾ, ਨਹੀਂ ਨਹੀਂ ਪੁੱਤ ਸ਼ੇਰ ਪੁੱਤ ਕਰਤਾ ਪਾਪਾ ਨੇ, ਠੀਕ ਆ ਦੇ ਖਾ ਲਾ ਖਾ ਲਾ, ਖਾ ਕੇ ਖਾਈ ਮੈਨੂੰ ਕਿੱਦਾਂ ਸੋਹਣਾ ਬਣਿਆ, ਖਾ ਕੇ ਦੱਸ। ਓਏ ਖਾ ਲਾ ਯਾਰ। ਕਦੇ ਮੈਂ ਹੀ ਪਿੰਨੀਆਂ ਦਾ ਕੰਮ ਨਿਬੇੜ ਗਿਆ ਅਤੇ ਹੁਣ ਵੀ ਲਾਇਆ, ਜੇ 10 ਵਜੇ ਦਾ ਲੱਗਾ ਸੀ ਅਤੇ 3 ਵੱਜ ਗਏ, 5-6 ਘੰਟੇ ਲੱਗ ਗਿਆ ਮੈਨੂੰ ਪਿੰਨੀਆਂ ਬਣਾਉਂਦੇ ਨੂੰ ਇਕੱਲੇ ਨੇ, ਹੈ ਜੀ। ਅਤੇ ਚਲੋ ਪਿੰਨੀਆਂ ਸੋਹਣੀਆਂ ਬਣ ਗਈਆਂ, ਵਧੀਆ ਬਣ ਗਈਆਂ, ਅਤੇ ਠੀਕ ਹੈ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਵਲੋਗ ਦੇਖਣ ਲਈ, ਕਿ ਤੁਹਾਨੂੰ ਸਾਰਿਆਂ ਨੂੰ ਆਪਣਾ ਇਹ ਵਲੋਗ ਵਧੀਆ ਲੱਗਿਆ ਹੋਊਗਾ, ਹੈ ਨਾ। ਵੀਡੀਓ ਵਧੀਆ ਲੱਗੀ ਹੈ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ ਜੀ, ਕਮੈਂਟ ਜ਼ਰੂਰ ਕਰਕੇ ਜਾਇਓ।